ਨਿੱਕੇ ਹੁੰਦਿਆਂ ਤੋਂ ਇਕੱਠੇ ਵੱਡੇ ਹੋਏ ਹਾਂ, ਹੈ ਨਾ, ਸਾਰਾ ਕੁਛ ਇਕੱਠਿਆਂ ਨੇ ਦੇਖਿਆ ਅਤੇ ਅੱਜ ਵੀ ਉਹੀ ਯਾਰ ਨਾਲ ਆ। ਅਤੇ ਬਾਈ ਬੁੜੇ ਹੋ ਜਾਵਾਂਗੇ ਜਦੋਂ ਨਕਲੀ ਦੰਦ ਲਾ ਕੇ ਗੇੜੇ ਫੇੜੇ ਕੱਢਿਆ ਕਰਾਂਗੇ, ਉਦੋਂ ਵੀ ਉਹੀ ਯਾਰ ਨਾਲ ਹੋਇਆ ਕਰਨਗੇ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਹੋਪਸੋ ਸਾਰੇ ਜਾਣੇ ਬਿਲਕੁਲ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਬਾਈ ਅੱਜ ਦੀ ਵੀਡੀਓ ਦੇ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਬਿਲਟ ਡਿਫਰੈਂਟ ਸੌਂਗ ਬਾਈ ਸਿੱਧੂ ਮੂਸੇਵਾਲਾ ਬਾਈ। ਅਤੇ ਸਿੱਧੂ ਬਾਈ ਦੇ ਗਾਣੇ 'ਤੇ ਕਾਫੀ ਟਾਈਮ ਦਾ ਕੋਈ ਰਿਐਕਸ਼ਨ ਨਹੀਂ ਸੀ ਆਇਆ ਬਾਈ। ਚੱਕਰ ਇਹ ਸੀਗਾ, ਮਤਲਬ ਬਣ ਨਹੀਂ ਸੀ ਰਿਹਾ ਹੈਗਾ ਨਾ, ਮਾਹੌਲ ਜਾ ਨਹੀਂ ਸੀ ਬਣ ਰਿਹਾ ਵੀ ਬਾਈ ਦੇ ਗਾਣੇ 'ਤੇ ਰਿਐਕਸ਼ਨ ਦਿੱਤਾ ਜਾਵੇ। ਅਤੇ ਅੱਜ ਬਾਈ ਫਾਈਨਲੀ ਆਪਾਂ ਰਿਐਕਸ਼ਨ ਲੈ ਕੇ ਆ ਚੁੱਕੇ ਹਾਂ। ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਸਿੱਧੂ ਬਾਈ ਦੇ ਗਾਣੇ 'ਤੇ ਰਿਐਕਟ ਕਰੋ, ਸਿੱਧੂ ਬਾਈ ਦੇ ਰਿਐਕਟ ਕਰੋ, ਹੈ ਨਾ। ਅਤੇ ਅੱਜ ਬਾਈ ਲੈ ਕੇ ਆ ਚੁੱਕੇ ਹਾਂਗੇ ਰਿਐਕਸ਼ਨ, ਅਤੇ ਦੇਖਦੇ ਹਾਂ ਬਾਈ ਗਾਣਾ ਤਾਂ ਆਪਾਂ ਸਾਰਿਆਂ ਨੇ ਸੁਣੇ ਆ ਬਾਈ ਬੈਲਟ ਡਿਫਰੈਂਟ, ਅਤੇ ਪਰ ਫਿਰ ਵੀ ਬਾਈ ਆਪਾਂ ਰਿਐਕਸ਼ਨ ਨਹੀਂ ਸੀ ਕੀਤਾ ਇਹਦੇ 'ਤੇ, ਪਰ ਇਸ ਕਰਕੇ ਇਹਦੇ 'ਤੇ ਹੁਣ ਰਿਐਕਟ ਕਰ ਰਹੇ ਹਾਂ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸਾਦਾ ਜਹਾਂ ਸਵੈਗ ਮੇਰਾ ਪੌਰਾ ਵੀ ਸਵਾਦੀ ਨਹੀਂ, ਲੋਕਾਂ ਦੀਆਂ ਫੇਕਿਆ ਸਮਾਈ ਫੁੱਲਾਂ ਦਾ ਯਾਦੀ ਨਹੀਂ, ਉਦਾ ਹੀ ਮੈਨੂੰ ਰੂੜ ਤੇ ਕਹੀ ਹੰਕਾਰ ਆ ਕੇ ਦਾਨੇ ਕਿਆ ਬਾਤ ਆ ਯਾਰ, ਕਿਆ ਹੀ ਬਾਤ ਆ ਬਾਈ, ਬੈਲਟ ਡਿਫਰੈਂਟ ਹੈ। ਅਤੇ ਕਹਿੰਦਾ ਬਾਈ ਮੈਂ ਉਹਨਾਂ ਨਾਲ ਨਹੀਂ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ, ਹੈ ਨਾ। ਇਹ ਗੱਲ ਨੂੰ ਬਾਈ ਕੋਈ ਜਿਹੜਾ ਅਣਖੀ ਬੰਦਾ ਉਹੀ ਸਮਝ ਸਕਦਾ ਵੀ ਹਾਂ ਮਤਲਬ ਕੀ ਅਸਲ ਦੇ ਵਿੱਚ ਇਹ ਗੱਲ ਦਾ, ਹੈ ਨਾ। ਵੀ ਜਿਹੜੇ ਬੰਦੇ, ਤੁਸੀਂ ਇੱਕ ਗੱਲ ਦੇਖ ਲਓ, ਜਿਹੜੇ ਬੰਦੇ ਦੀ ਬਾਹਲੇ ਬੰਦਿਆਂ ਨਾਲ ਲਿਹਾਜ਼ ਹੋਊਗੀ ਨਾ, ਉਹ ਬੰਦਾ ਅੰਦਰੋਂ ਇਕੱਲਾ ਹੀ ਹੁੰਦਾ। ਕਿਉਂਕਿ ਜਿਹੜੇ ਯਾਰੀ ਆ ਨਾ ਬਾਈ, ਯਾਰੀ ਆਪਾਂ ਕਹਿ ਦਿੰਦੇ ਹਾਂ, ਯਾਰੀ ਦੋਸਤੀ, ਹੈ ਨਾ, ਇਹ ਨਿਭਾਉਣੀ ਬਹੁਤ ਜ਼ਿਆਦਾ ਔਖੀ ਆ। ਜੇ ਤੁਸੀਂ ਦੋ ਬੰਦਿਆਂ ਨਾਲ ਵੀ ਚੰਗੀ ਤਰ੍ਹਾਂ ਯਾਰੀ ਨਿਭਾ ਲੈਂਦੇ ਹੋ ਨਾ ਜ਼ਿੰਦਗੀ ਦੇ ਵਿੱਚ, ਅਤੇ ਦੋ ਬੰਦੇ ਆਪਦੇ ਸੱਚੇ ਯਾਰ ਦੋ ਵੀ ਖੱਟ ਲੈਂਦੇ ਆ, ਤਾਂ ਮਤਲਬ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਕਿ ਕੋਈ। ਅਤੇ ਜਿਹੜਾ ਬੰਦੇ ਕੋਲ ਮੰਨ ਕੇ ਚਲੋ, ਜਿਹੜਾ ਬੰਦਾ ਹਰੇਕ ਨੂੰ ਹੀ ਬੁਲਾਉਂਦਾ, ਹੈ ਨਾ, ਹਰੇਕ ਨਾਲ ਹੀ ਮਤਲਬ ਖੋਲ੍ਹੇ ਆਉਂਦਾ ਗਾ, ਹੈ ਨਾ, ਹਰੇਕ ਨੂੰ ਯਾਰ ਬਣਾ ਲੈਂਦਾ, ਉਹ ਅਸਲ ਦੇ ਵਿੱਚ ਇਕੱਲਾ ਹੀ ਹੁੰਦਾ ਬਾਈ। ਉਹ ਜਦੋਂ ਅੜਨ ਦੀ ਜਗ੍ਹਾ ਆਉਂਦੀ ਹੈ ਨਾ ਕਿਤੇ, ਉਦੋਂ ਕੋਈ ਨਹੀਂ ਖੜਦਾ ਉਹ ਬੰਦੇ ਦੇ ਨਾਲ। ਸੋ ਇਸ ਕਰਕੇ ਬਾਈ ਇਹ ਮਤਲਬ ਸੀਗਾ ਬਾਈ ਦੇ ਕਹਿਣ ਦਾ। ਅਤੇ ਬਾਕੀ ਕਹਿੰਦਾ ਮੇਰਾ ਸੁਭਾਅ ਵੀ ਉਹ ਹੋ ਜਾਗਾ ਵੀ ਮੈਂ ਹਰੇਕ ਬੰਦੇ ਨਾਲ ਬੈਠ ਨਹੀਂ ਸਕਦਾ। ਕਿਆ ਬਾਤ ਆ ਯਾਰ, ਕਿਆ ਬਾਤ ਆ ਯਾਰ, ਕਿਆ ਹੀ ਬਾਤ ਆ ਬਾਈ ਯਾਰ। ਮਿਊਜ਼ਿਕ ਦੇਖੋ ਗਾਣੇ ਦਾ ਬਾਈ, ਮੈਨੂੰ ਬੜਾ ਘੈਂਟ ਲੱਗਦਾ ਯਾਰ ਇਹ ਗਾਣਾ, ਹੈ ਨਾ। ਕਿਉਂਕਿ ਬਾਈ ਇਹ ਜਿਹੜਾ ਗਾਣੇ ਦੇ ਜਿਹੜੇ ਲਿਰਿਕਸ ਹੈਗੇ, ਹੈ ਨਾ, ਉਹ ਕਾਫੀ ਹੱਦ ਤੱਕ ਬਾਈ ਮੇਰੇ ਨਾਲ, ਮਤਲਬ ਮੈਂ ਆਪਦੇ ਨਾਲ ਰਿਲੇਟ ਕਰ ਲੈਂਦਾ ਗਾ ਉਹਨਾਂ ਨੂੰ, ਹੈ ਨਾ, ਰਿਲੇਟ ਕਰਦੇ ਆ ਮੇਰੇ ਨਾਲ। ਕਿਉਂਕਿ ਬਾਈ ਮੇਰੀ 27-28 ਸਾਲਾਂ ਦੀ ਉਮਰ ਹੈਗੀ, ਪਰ ਬਾਈ ਜਿਹੜੀ ਮੇਰੀ ਯਾਰੀ ਹੈਗੀ ਮੁੰਡਿਆਂ ਨਾਲ, ਹੈ ਨਾ, ਯਾਰਾਂ ਦੋਸਤਾਂ ਨਾਲ, ਮਤਲਬ ਜਿਹੜੇ ਜਿਹੜੇ ਖਾਸ ਹੈਗੇ, ਹੈ ਨਾ, ਘੱਟੋ ਘੱਟ 20-20 ਸਾਲਾਂ ਦੀ ਯਾਰੀ ਆ ਬਾਈ, ਤੁਸੀਂ ਯਕੀਨ ਮੰਨੋਗੇ, ਹੈ ਨਾ। ਨਿੱਕੇ ਹੁੰਦਿਆਂ ਤੋਂ ਇਕੱਠੇ ਵੱਡੇ ਹੋਏ ਹਾਂ, ਹੈ ਨਾ, ਸਾਰਾ ਕੁਛ ਇਕੱਠਿਆਂ ਨੇ ਦੇਖਿਆ, ਅਤੇ ਅੱਜ ਵੀ ਉਹੀ ਯਾਰ ਨਾਲ ਆ। ਅਤੇ ਬਾਈ ਬੁੜੇ ਹੋ ਜਾਵਾਂਗੇ ਜਦੋਂ ਨਕਲੀ ਦੰਦ ਲਾ ਕੇ ਗੇੜੇ ਫੇੜੇ ਕੱਢਿਆ ਕਰਾਂਗੇ, ਉਦੋਂ ਵੀ ਉਹੀ ਯਾਰ ਨਾਲ ਹੋਇਆ ਕਰਨਗੇ। ਸੋ ਇਸ ਕਰਕੇ ਬਾਈ ਮਤਲਬ ਮੈਂ ਨਵੇਂ ਬੰਦਿਆਂ 'ਚ ਜਾ ਕੇ ਜ਼ਿਆਦਾ ਕੰਫਰਟੇਬਲ ਮਹਿਸੂਸ ਨਹੀਂ ਕਰਦਾ, ਹੈ ਨਾ। ਸੋ ਇਸ ਕਰਕੇ ਮੈਨੂੰ ਇਹ ਗਾਣਾ ਬੜਾ ਘੈਂਟ ਲੱਗਦਾ, ਇਸ ਕਰਕੇ ਮੈਨੂੰ ਇਹਦੇ ਬੋਲ ਬਹੁਤ ਘੈਂਟ ਲੱਗਦੇ ਆ ਗਾਣੇ ਦੇ। ਦੇਖੋ ਬਾਬੇ, ਸੁਣੋ ਸੱਚ।
ਬਾਈ ਗੀਤ ਸ਼ੇਅਰ ਵਾਲੀ ਲਾਈਨ ਕਿਹਨੂੰ ਕਹੀ ਆ ਬਾਈ, ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਬਾਕੀ ਬਾਈ ਯਾਰ ਇੱਕ ਗੱਲ ਹੋਰ ਆ ਬਾਈ ਯਾਰ, ਆਪਣਾ ਫਰਜ਼ ਸਮਝ ਕੇ ਹੈ ਨਾ, ਤਾਂ ਮਤਲਬ ਜਸਟਿਸ ਫੋਰ ਸਿੱਧੂ ਮੂਸੇਵਾਲਾ, ਘੱਟੋ ਘੱਟ ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਬਾਈ ਹੈਸ਼ਟੈਗ ਤਾਂ ਜ਼ਰੂਰ ਯੂਜ਼ ਕਰਿਆ ਕਰੋ ਯਾਰ ਸਾਰੇ ਕਿਤੇ ਬਾਈ। ਮਤਲਬ ਮੈਂ ਆਪ ਵੀ ਬਹੁਤ ਘੱਟ ਕਰਦਾ ਜੀ, ਪਰ ਬਾਈ ਮੈਨੂੰ ਹੁਣ ਪਤਾ ਲੱਗਿਆ ਵੀ ਇਹਦਾ ਮਤਲਬ ਕਿੰਨਾ ਜ਼ਿਆਦਾ ਫਰਕ ਪੈਂਦਾ ਇਹ ਚੀਜ਼ ਦਾ ਹੈ ਨਾ। ਅਤੇ ਕਰਿਆ ਕਰੋ ਬਾਈ ਯੂਜ਼ ਯਾਰ ਜ਼ਰੂਰ ਜਸਟਿਸ ਫੋਰ ਸਿੱਧੂ ਮੂਸੇਵਾਲਾ। ਕਮੈਂਟਾਂ 'ਚ ਜ਼ਰੂਰ ਲਿਖਿਓ, ਹੋਰ ਕੁਝ ਨਾ ਲਿਖਿਓ ਭਾਵੇਂ ਕੋਈ ਚੱਕਰ ਵਾਲੀ ਗੱਲ ਨਹੀਂ, ਇੰਨਾ ਜ਼ਰੂਰ ਲਿਖਿਓ ਬਾਈ। ਆਓ ਮੱਥੇ ਪੜ ਲੈਣਾ ਨੀ ਮੈਂ ਚੇਜ਼ਰੀ ਕਲੋਟਾਂ ਦੇ ਚਿੱਟੇ ਪਾਪਾ ਘੁੰਮਦੇ ਜੋ ਪੁਲਿਸ ਦੇ ਟੋਟਾਂ ਦੇ। ਆ ਵੀ ਬਾਈ ਗੱਲ ਮਤਲਬ ਕਿਸੇ ਨੂੰ ਸਪੈਸ਼ਲ ਕਹੀ ਗਈ ਸੀਗੀ ਹੈ ਨਾ, ਅਤੇ ਜਿਹਨੂੰ ਕਹੀ ਗਈ ਹੋਣੀ ਆ ਉਹਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਗਾ। ਅਤੇ ਬੰਦਾ ਯਾਰ ਜਿਹੜਾ ਕੁਛ ਵੀ ਜ਼ਿੰਦਗੀ 'ਚ ਆਉਂਦਾ ਸੀਗਾ ਸਾਰਾ ਕੁਛ ਲਿਖ ਦਿੰਦਾ ਸੀਗਾ। ਉਹਨਾਂ ਨਾਲ ਨਹੀਂ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ, ਹੈ ਨਾ। ਇਹਨੂੰ ਆਪਾਂ ਐਂ ਵੀ ਦੇਖ ਸਕਦੇ ਹਾਂ, ਮਤਲਬ ਵੀ ਮੈਂ ਨਾ ਕਿਤੇ ਸੁਣਿਆ ਸੀ, ਮਤਲਬ ਕਹਿੰਦੇ ਵੀ ਸਿੱਧੂ ਬਾਈ ਜਿਹੜਾ ਮੰਨ ਕੇ ਚੱਲੋ ਵੀ ਆਮ ਬੰਦਾ ਜਾਂਦਾ ਸੀ ਕੋਈ ਬਾਈ ਨੂੰ ਮਿਲਣ, ਤਾਂ ਉਹਨੂੰ ਬਹੁਤ ਪਿਆਰ ਨਾਲ ਨੀਵਾਂ ਹੋ ਕੇ ਮਿਲਦਾ ਸੀ, ਹੈ ਨਾ। ਜਿਹੜਾ ਬੰਦਾ ਧੌਣ 'ਚ ਕਿੱਲਾ ਲੈ ਕੇ ਜਾਂਦਾ ਸੀਗਾ, ਹੈ ਨਾ, ਵੀ ਮੈਂ ਫਲਾਨਾ ਜਾਂ ਮੈਂ ਫਲਾਨੀ ਪੋਸਟ 'ਤੇ ਆਵਾਂ, ਇੰਨਾ ਤਕੜਾ ਬੰਦਾ, ਹੈ ਨਾ, ਤਕੜੀ ਗੱਡੀ 'ਚ ਜਾਂਦਾ ਸੀ, ਉਹਨੂੰ ਮਤਲਬ ਬੰਦਾ ਹੋਰ ਹਿਸਾਬ ਨਾਲ ਮਿਲਦਾ ਸੀਗਾ। ਮਤਲਬ ਜਿਹੜਾ ਗਰੀਬ ਬੰਦਾ ਜਾਂਦਾ ਸੀ, ਹੈ ਨਾ, ਕੋਈ ਆਪਦੇ ਵਰਗਾ ਬੰਦਾ ਜਾਂਦਾ ਸੀ, ਉਹਨੂੰ ਬਹੁਤ ਖੁਸ਼ ਹੋ ਕੇ ਮਿਲਦਾ ਸੀਗਾ ਬਾਈ, ਹੈ ਨਾ। ਤੋ ਸੋ ਬਾਈ ਇੱਥੋਂ ਆਪਾਂ ਕਹਿ ਸਕਦੇ ਹਾਂ ਬਾਈ ਸੱਚੀ ਡਿਫਰੈਂਟ ਬੈਲਟ ਸੀਗਾ ਯਾਰ। ਅਤੇ ਮਤਲਬ ਇੱਦਾਂ ਦਾ ਬਾਈ ਮੈਂ ਨਹੀਂ ਹੋਰ ਕੋਈ ਸਿੰਗਰ ਦੇਖਿਆ ਯਾਰ। ਤੁਸੀਂ ਆਪਦੀ ਮਤਲਬ ਇੱਕ ਵੀ ਸਿੰਗਰ ਇਹੋ ਜਿਹਾ ਦੱਸ ਦਿਉ ਬਾਈ ਜਿਹਨੂੰ ਮਤਲਬ ਮਿਲਣ ਵਾਸਤੇ ਇੰਨੀ ਭੀੜ ਇਕੱਠੀ ਹੁੰਦੀ ਹੋਵੇ ਬਾਈ ਉਹਦੇ ਘਰ ਦੇ ਅੱਗੇ, ਹੈ ਨਾ। ਅਤੇ ਮਤਲਬ ਯਾਰ ਸਿਰਾ ਸੀਗਾ ਯਾਰ ਇਹ ਬੰਦਾ, ਇਹਦੇ ਵਰਗਾ ਹੋਰ ਕੋਈ ਨਹੀਂ ਬਣ ਸਕਦਾ ਬਾਈ ਯਾਰ। ਮੈਂ ਆਪਾਂ ਸ਼ਰੇਆਮ ਕਹਿੰਦੇ ਹਾਂ ਗੱਲ ਨੂੰ। ਹੋਵੇ ਸਾਰਿਆਂ ਦਾ ਯਾਰ ਜਿਹੜਾ ਹੁੰਦਾ ਕਦੇ ਯਾਰ ਨਹੀਂ, ਹੈ ਸਹੀ ਆ ਬਾਈ ਯਾਰ ਇਹ ਗੱਲ। ਮਤਲਬ ਬਹੁਤ ਘੈਂਟ ਚੀਜ਼ ਸੀ ਯਾਰ, ਮੈਨੂੰ ਗਾਣਾ ਬਹੁਤ ਜ਼ਿਆਦਾ ਪਰਸਨਲ ਬੜਾ ਸੋਹਣਾ ਲੱਗਦਾ ਯਾਰ ਮੈਨੂੰ ਇਹ ਗਾਣਾ। ਲਿਰਿਕਸ ਤਾਂ ਬਾਈ ਮੈਨੂੰ ਪਸੰਦ ਹੈਗੇ ਹੀ ਹੈਗੇ, ਲਿਰਿਕਸ ਦਾ ਕੋਈ ਮੁਕਾਬਲਾ ਨਹੀਂ ਸਿੱਧੂ ਬਾਈ ਦੇ ਯਾਰ। ਹਰੇਕ ਗਾਣੇ ਦੇ ਲਿਰਿਕਸ ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਪਰ ਇਹਦੇ ਖਾਸ ਕਰਕੇ ਕੁਛ ਗਾਣੇ ਇਹੋ ਜਿਹੇ ਵੀ ਜਿਨ੍ਹਾਂ 'ਚੋਂ ਮਤਲਬ ਬਾਪੂ ਗਾਣਾ ਹੋ ਗਿਆ, ਡੀਅਰ ਮੰਮਾ ਗਾਣਾ ਹੋ ਗਿਆ, ਅਤੇ ਬਿਲਟ ਡਿਫਰੈਂਟ ਹੋ ਗਿਆ, 295 ਹੋ ਗਿਆ, ਹੈ ਨਾ। ਅਤੇ ਕਈ ਹੋਰ ਗਾਣੇ ਹੈਗੇ ਆ ਬਾਈ ਜਿਨ੍ਹਾਂ ਦਾ ਮਤਲਬ ਯਾਰ ਇੱਕ ਈਸਟ ਸਾਈਡ ਫਲੋ ਹੋ ਗਿਆ, ਹੈ ਨਾ। ਅਤੇ ਇੱਦਾਂ ਦੇ ਬਾਈ ਕਈ ਗਾਣੇ ਹੈਗੇ, ਹੈ ਨਾ, ਜਿਨ੍ਹਾਂ ਦੇ ਬਾਈ ਲਿਰਿਕਸ ਦਾ ਕੋਈ ਜਵਾਬ ਨਹੀਂ ਹੈਗਾ ਯਾਰ, ਹੈ ਨਾ। ਅਤੇ SYL ਗਾਣਾ ਹੋ ਗਿਆ, ਲੈ SYL ਰਹਿ ਗਿਆ ਸੀ ਨਾ, SYL ਤਾਂ ਬਾਈ ਸਾਰਿਆਂ ਨਾਲੋਂ ਟੌਪ ਦਾ। ਅਤੇ ਇਸ ਕਰਕੇ ਬਾਈ ਯਾਰ ਮੈਨੂੰ ਤਾਂ ਪੂਰਾ ਘੈਂਟ ਲੱਗਿਆ ਬਾਈ। ਤੁਸੀਂ ਦੱਸੋ ਕਮੈਂਟ ਕਰਕੇ ਬਾਈ ਤੁਹਾਨੂੰ ਕਿਵੇਂ ਲੱਗਿਆ ਗਾਣਾ। ਅਤੇ ਮੈਨੂੰ ਪਤਾ ਬਾਈ ਆਪਣੇ ਜਿੰਨੇ ਵੀ ਵਿਊਵਰ ਆ ਗਏ ਜ਼ਿਆਦਾਤਰ ਬਾਈ ਸਿੱਧੂ ਬਾਈ ਦੇ ਫੈਨ ਹੀ ਆ, ਹੈ ਨਾ। ਅਤੇ ਸਾਰਿਆਂ ਨੂੰ ਘੈਂਟ ਹੀ ਲੱਗਿਆ ਹੋਊਗਾ ਗਾਣਾ, ਕਮੈਂਟ ਕਰਕੇ ਜ਼ਰੂਰ ਦੱਸੋ। ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਈ ਜ਼ਰੂਰ ਲਿਖੋ ਆਪਣੇ ਕਮੈਂਟ 'ਚ, ਨਹੀਂ ਹਰ ਜਿਹੜੀ ਵੀ ਵੀਡੀਓ ਦੇਖਦੇ ਉਹਨਾਂ ਦਿਨ 'ਚ ਬਾਈ ਹਰੇਕ ਦੇ ਬਾਈ ਕਮੈਂਟ ਬੋਕਸ 'ਚ ਜ਼ਰੂਰ ਲਿਖਿਆ ਕਰੋ ਜਸਟਿਸ ਫੋਰ ਸਿੱਧੂ ਮੂਸੇਵਾਲਾ ਹੈਸ਼ਟੈਗ ਲਾ ਕੇ। ਅਤੇ ਬਾਕੀ ਬਾਈ ਇਹ ਸੀ ਆਪਣੀ ਅੱਜ ਦੀ ਵੀਡੀਓ ਬਰੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਉ ਲਾਈਕ, ਚੈਨਲ ਨੂੰ ਆਪਣੇ ਨੂੰ ਕਰ ਦਿਉ ਸਬਸਕ੍ਰਾਈਬ, ਨਾਲ ਲੱਗਿਆ ਘੰਟੀ ਦਾ ਬਟਨ ਦੱਬ ਦਿਉ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ। ਸੋ ਥੈਂਕਸ ਫੋਰ ਵਾਚਿੰਗ ਗਾਇਸ। Sounds steadily.